ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਲਾਹੌਰ ਗਏ। ਲਾਹੌਰ ਦਾ ਸੇਠ ਸੀ ਦੁਨੀ ਚੰਦ, ਬੜਾ ਅਮੀਰ ਸੀ। ਉਸ ਦੇ ਘਰ ਦੇ ਉੱਤੇ 7 ਝੰਡੇ ਝੂਲਦੇ ਸਨ ਅਤੇ ਇੱਕ ਝੰਡਾ ਜਿਹੜਾ ਸੀ ਮੁਗਲ ਰਾਜ ਦੇ ਸਮੇਂ, ਜਿਹੜਾ ਇੱਕ ਝੰਡਾ ਆਪਣੇ ਘਰ ਦੇ ਚਲਾਉਂਦਾ ਸੀ, ਉਸਦਾ ਮਤਲਬ ਸੀ ਕਿ ਉਸ ਦੇ ਕੋਲ 1 ਲੱਖ ਰੁਪਈਆ ਹੈ, ਭਾਵ ਕਿ ਦੁਨੀ ਚੰਦ ਦੇ ਕੋਲ 7 ਲੱਖ ਰੁਪਈਆ ਸੀ। ਇਸੇ ਕਰਕੇ ਅੱਜ ਜਦੋਂ ਮੁਹਾਵਰਿਆਂ ਵਿੱਚ ਵੀ ਵਰਤਿਆ ਜਾਂਦਾ ਹੈ ਕਿ ਤੇਰੇ ਕਿਹੜੇ ਝੰਡੇ ਝੂਲਦੇ ਨੇ, ਇਹ ਸ਼ਬਦ ਵਰਤਿਆ ਜਾਂਦਾ ਹੈ। ਝੰਡੇ ਝੂਲਣ ਦਾ ਅਰਥ ਹੈ ਜਿੰਨੇ ਝੰਡੇ ਝੂਲਦੇ 1 ਲੱਖ ਰੁਪਈਆ ਉਹਦੇ ਕੋਲ। ਪਰ ਉਸ ਸਮੇਂ 1 ਲੱਖ ਰੁਪਈਏ ਦੀ ਕੀਮਤ ਬਹੁਤ ਜ਼ਿਆਦਾ ਸੀ ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੁਨੀ ਚੰਦ ਦੇ ਘਰ ਗਏ। ਦੁਨੀ ਚੰਦ ਜਿਹੜਾ ਸੀ ਉਹ ਆਪਣੇ ਪਿਤਾ ਦਾ ਸ਼ਰਾਧ ਕਰਾ ਰਿਹਾ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੀ ਉਹਨੇ ਸੱਦਿਆ ਕਿ ਕੋਈ ਮਹਾਂਪੁਰਖ ਆਇਆ ਹੈ ਅਤੇ ਉਹਨਾਂ ਨੂੰ ਵੀ ਸੱਦ ਲਈਏ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਭੋਜਨ ਤਿਆਰ ਕਰਕੇ ਲਿਆਇਆ। ਮਹਾਰਾਜ ਜੀ ਨੇ ਪੁੱਛਿਆ ਕਿ ਇਹ ਕਾਹਦਾ ਭੋਜਨ ਹੈ। ਕਹਿੰਦਾ ਜੀ ਇਹ ਸ਼ਰਾਧ ਦਾ ਹੈ, ਮੈਂ ਬ੍ਰਾਹਮਣਾਂ ਨੂੰ ਭੋਜਨ ਛਕਾ ਕੇ ਅਤੇ ਆਪਣੇ ਪਿਤਾ ਤੱਕ ਪਹੁੰਚਾਵਾਂਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਦੁਨੀ ਚੰਦ, ਤੂੰ ਇੱਥੇ ਬ੍ਰਾਹਮਣਾਂ ਨੂੰ ਭੋਜਨ ਛਕਾ ਰਿਹਾ ਹੈ, ਇਹ ਤਾਂ ਉੱਥੋਂ ਤੱਕ ਪਹੁੰਚਣਾ ਨਹੀਂ ਅਤੇ ਤੇਰਾ ਪਿਤਾ 3 ਦਿਨਾਂ ਤੋਂ ਭੁੱਖਾ ਬਗਿਆੜ ਦੀ ਜੂਨ ਵਿੱਚ ਤੁਰਿਆ ਫਿਰਦਾ ਹੈ, ਉਸ ਨੂੰ ਕਿਸ ਦਿਨ ਜਾ ਕੇ ਪੁੱਛੇਗਾ। ਦੁਨੀ ਚੰਦ ਹੈਰਾਨ ਹੋਇਆ ਅਤੇ ਪੁੱਛਣ ਲੱਗਾ ਜੀ ਕਿੱਥੇ। ਮਹਾਰਾਜ ਜੀ ਨੇ ਆਖਿਆ ਇੱਥੋਂ ਥੋੜ੍ਹੀ ਦੂਰ ਇੱਕ ਜੰਗਲ ਦੇ ਵਿੱਚ, ਉਸ ਦੇ ਲਈ ਖਾਣਾ ਪੀਣਾ ਲੈ ਜਾ, ਪਰ ਉਸ ਤੋਂ ਡਰੀ ਨਾ, ਜਦੋਂ ਤੂੰ ਉਸ ਦੇ ਲਾਗੇ ਜਾਏਗਾ ਉਸਦੀ ਬੁੱਧੀ ਮਨੁੱਖਾਂ ਵਾਲੀ ਹੋ ਜਾਏਗੀ ਅਤੇ ਉਹ ਤੇਰੇ ਨਾਲ ਗੱਲਾਂ ਵੀ ਕਰੇਗਾ। ਦੁਨੀ ਚੰਦ ਗਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨ ਕੇ। ਜਾ ਕੇ ਉਸਨੇ ਭੋਜਨ ਛਕਾਇਆ ਬਘਿਆੜ ਨੂੰ ਅਤੇ ਪੁੱਛਿਆ ਕਿ ਪਿਤਾ ਜੀ ਤੁਸੀਂ ਇਸ ਜੂਨ ਵਿੱਚ ਕਿਵੇਂ ਪੈ ਗਏ। ਬਘਿਆੜ ਕਹਿਣ ਲੱਗਾ ਕਿ ਮੈਂ ਜਦੋਂ ਮੈਂ ਮਨੁੱਖਾ ਦੇਹ ਵਿੱਚ ਸਾਂ ਅਤੇ ਮੈਂ ਇੱਕ ਬ੍ਰਹਮਚਾਰੀ ਨੂੰ ਗੁਰੂ ਧਾਰਨ ਕੀਤਾ ਸੀ ਅਤੇ ਉਹਨਾਂ ਨੇ ਮੈਨੂੰ ਮੱਛੀ ਖਾਣ ਤੋਂ ਵਰਜਿਆ ਸੀ। ਉਸਦਾ ਕਾਰਨ ਹੈ ਕਿ ਮੱਛੀ ਖਾਣ ਦੇ ਨਾਲ ਬੰਦੇ ਦੇ ਅੰਦਰ ਕਾਮ ਵਾਸ਼ਨਾ ਪ੍ਰਬਲ ਹੁੰਦੀ ਹੈ, ਇਸ ਕਰਕੇ ਉਹਨਾਂ ਨੇ ਮੈਨੂੰ ਮੱਛੀ ਖਾਣ ਤੋਂ ਵਰਜਿਆ ਸੀ ਅਤੇ ਮੈਂ ਜਦੋਂ ਅੰਤਲੇ ਸਮੇਂ ਵਿੱਚ ਮੰਜੇ 'ਤੇ ਪਿਆ, ਮੇਰੀ ਮੌਤ ਨੇੜੇ ਆਈ ਅਤੇ ਮੇਰੇ ਲਾਗੇ ਕਿਸੇ ਨੇ ਮੱਛੀ ਬਣਾਈ, ਜਿਸ ਦੀ ਗੰਧ ਦੇ ਨਾਲ, ਜਿਸ ਦੀ ਵਾਸ਼ਨਾ ਦੇ ਨਾਲ, ਸਮੈਲ ਦੇ ਨਾਲ ਮੈਂ ਮੇਰੇ ਮਨ ਦੇ ਵਿੱਚ ਮੱਛੀ ਖਾਣ ਦੀ ਇੱਛਾ ਪ੍ਰਗਟ ਹੋਈ, ਉਸੇ ਇੱਛਾ ਦੇ ਨਾਲ ਹੀ ਮੇਰੀ ਮੌਤ ਹੋ ਗਈ ਅਤੇ ਉਸੇ ਅੰਤਲੇ ਸਮੇਂ ਕੀਤੀ ਗਈ ਇੱਛਾ ਦੇ ਕਾਰਨ, ਪੈਦਾ ਹੋਈ ਵਾਸ਼ਨਾ ਦੇ ਕਾਰਨ ਮੈਂ ਬਘਿਆੜ ਦੀ ਜੂਨ ਵਿੱਚ ਪੈ ਗਿਆ। ਇਹ ਗੱਲ ਕਹਿ ਕੇ ਉਹ ਉੱਥੋਂ ਚਲਿਆ ਗਿਆ ਅਤੇ ਦੁਨੀ ਚੰਦ ਵੀ ਵਾਪਸ ਆ ਗਿਆ ਅਤੇ ਜਦੋਂ 7 ਝੰਡੇ ਝੂਲਦੇ ਮਹਾਰਾਜ ਜੀ ਨੇ ਵੇਖੇ, ਕਹਿੰਦੇ ਦੁਨੀ ਚੰਦ ਦੇ 7 ਝੰਡੇ ਕਾਹਦੇ ਨੇ। ਕਹਿੰਦਾ ਜੀ ਮੇਰੇ ਕੋਲ 7 ਲੱਖ ਰੁਪਈਆ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸਨੂੰ ਇੱਕ ਸੂਈ ਕੱਢ ਕੇ ਦਿੱਤੀ। ਬਾਬੇ ਨਾਨਕ ਨੇ ਆਖਿਆ, ਕਹਿੰਦੇ ਦੁਨੀ ਚੰਦਾ ਆ ਸੂਈ ਸਾਡੀ ਆਪਣੇ ਕੋਲ ਰੱਖ ਲੈ, ਅਗਲੇ ਜਹਾਨ ਵਿੱਚ ਸਾਨੂੰ ਵਾਪਸ ਚਾਹੀਦੀ ਹੈ। ਦੁਨੀ ਚੰਦ
ਸੂਈ ਲੈ ਕੇ ਆਪਣੀ ਪਤਨੀ ਦੇ ਕੋਲ ਗਿਆ ਕਿ ਉਸਨੂੰ ਸਾਂਭ ਦੇ। ਦੁਨੀ ਚੰਦ ਦੀ ਪਤਨੀ ਨੇ ਆਖਿਆ ਕਿ ਇਹ ਸੂਈ ਕਿੱਥੋਂ ਲੈ ਕੇ ਆਏ ਹੋ? ਤਾਂ ਦੁਨੀ ਚੰਦ ਨੇ ਆਖਿਆ, ਇਹ ਤਾਂ ਮੈਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਦਿੱਤੀ ਹੈ ਅਤੇ ਕਹਿੰਦੇ ਨੇ ਅਗਲੇ ਜਹਾਨ ਵਿੱਚ ਵਾਪਸ ਲਵਾਂਗੇ। ਤ੍ਰਿਮਤ ਨੇ ਆਖਿਆ ਕਿ ਇਹ ਕਿਵੇਂ ਹੋ ਸਕਦਾ ਹੈ? ਕੋਈ ਇਸ ਜਹਾਨ ਦੀ ਚੀਜ਼ ਅਗਲੇ ਜਹਾਨ ਵਿੱਚ ਕਿਵੇਂ ਜਾ ਸਕਦੀ ਹੈ? ਤੁਸੀਂ ਜਾਓ, ਇਹ ਸੂਈ ਵਾਪਸ ਕਰ ਆਓ। ਦੁਨੀ ਚੰਦ ਆ ਗਿਆ ਬਾਬਾ ਨਾਨਕ ਜੀ ਦੇ ਕੋਲ, ਸਤਿਗੁਰੂ ਮਹਾਰਾਜ ਜੀ ਨੂੰ ਆ ਕੇ ਕਹਿੰਦਾ, ਸਤਿਗੁਰੂ ਜੀ, ਇਹ ਸੂਈ ਅਗਲੇ ਜਹਾਨ ਵਿੱਚ ਕਿਵੇਂ ਜਾ ਸਕਦੀ ਹੈ? ਅਤੇ ਮਹਾਰਾਜ ਜੀ ਨੇ ਆਖਿਆ, ਦੁਨੀ ਚੰਦਾ, ਅਜੇ ਤਾਂ ਨਿੱਕੀ ਜਿਹੀ ਸੂਈ ਦੀ ਗੱਲ ਹੈ। ਆ ਜਿਹੜੇ ਤੇਰੇ ਘਰ 'ਤੇ 7 ਝੰਡੇ ਝੂਲਦੇ ਨੇ, 7 ਲੱਖ ਰੁਪਈਆ ਹੈ, ਇਹ ਕਿਹੜਾ ਤੇਰੇ ਨਾਲ ਅਗਲੇ ਜਹਾਨ ਵਿੱਚ ਜਾਣਾ ਹੈ? ਦੁਨੀ ਚੰਦ ਸਤਿਗੁਰਾਂ ਦੇ ਚਰਨੀ ਟੈ ਪਿਆ ਅਤੇ ਮਹਾਰਾਜ ਜੀ ਨੇ ਆਖਿਆ, ਲੋੜਵੰਦਾਂ ਦੀ ਇਸ ਧੰਨ ਦੇ ਨਾਲ ਸੇਵਾ ਕਰ, ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਅਤੇ ਦੁਨੀ ਚੰਦ ਨੂੰ ਮਹਾਰਾਜ ਜੀ ਨੇ ਚਰਨ ਪਹੁਲ ਦੇ ਕੇ ਆਪਣਾ ਸਿੱਖ ਬਣਾਇਆ ਅਤੇ ਦੁਨੀ ਚੰਦ ਨੇ ਉਹ ਜਿਹੜਾ ਸਾਰਾ ਧੰਨ ਸੀ ਲੋੜਵੰਦਾਂ ਵਿੱਚ ਵੰਡ ਦਿੱਤਾ ਅਤੇ ਆਪ ਕਿਰਤ ਕਰਨ ਲੱਗਾ ਅਤੇ ਉਸੇ ਕਿਰਤ ਦੇ ਵਿੱਚੋਂ ਹੀ ਲੋੜਵੰਦਾਂ ਦੀ ਸੇਵਾ ਕਰਨ ਲੱਗਾ ਅਤੇ ਨਾਮ ਬਾਣੀ ਦਾ ਅਭਿਆਸ ਕਰਨ ਲੱਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।